चलो सरकार जे कहिंदी सरकार कोई करके भी दिखा ले देखो ये इनवॉल्व पार्टी ये आ क्योंकि बेचारे वर्सली अफेक्टेड आ ये तो तुसी इन्हां नाल बैठ के गल करो ना आए तो इतने है इन्हों की खबर लैन प्लॉट कट के ना वेच के एक बंदे नूं खड़ा करता इन्होंने माफिया अपने बंदे जदों ਜਲੇ ਅਸੀਂ ਅਨਸੈਸਰੀ ਇੰਟਰਫੇਅਰ ਕਰਾਂਗੇ ਫਿਰ ਹੋਰ ਉਹਨੂੰ ਸ਼ੇਪ ਬਣੂਗੀ ਹਾਂਜੀ ਆਪਾਂ ਉਹ ਹੱਲ ਬਣਾਈਏ ਜਿਹਦੇ ਨਾਲ ਲਾਠੀ ਵੀ ਨਾ ਟੁੱਟੇ ਤਾਂ ਸੱਪ ਵੀ ਮਰ ਜਾਏ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਜਲੰਧਰ ਦੇ ਲਤੀਫਪੁਰਾ ਵਿਖੇ ਪੀੜਤਾਂ ਦਾ ਹਾਲ ਚਾਲ ਜਾਣਨ ਲਈ ਪਹੁੰਚੇ ਇਸ ਦੌਰਾਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਇੱਥੇ ਆਉਣਾ ਚਾਹੁੰਦੇ ਸੀ ਪਰ ਆਉਣ ਵਿੱਚ ਦੇਰੀ ਜ਼ਰੂਰ ਹੋਈ ਹੈ ਪਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੂੰ ਇੱਥੇ ਭੇਜਿਆ ਗਿਆ ਸੀ ਹਾਲਾਂਕਿ ਜਦੋਂ ਉਹਨਾਂ ਨੂੰ ਮਦਦ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਜਦੋਂ ਲੋਕ ਕਹਿਣਗੇ ਤਾਂ ਹੀ ਉਹ ਮਦਦ ਕਰ ਸਕਣਗੇ ਅੱਗੇ ਗੱਲਬਾਤ ਕਰਦੇ ਹਾਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਆਪਾਂ ਮੇਰੀ ਗੱਲ ਸੁਣੋ ਜਿੱਥੇ ਮੁੱਦੇ ਤੇ ਖੜੇ ਕਰੀਏ ਆਪਾਂ ਗੱਲ ਨੂੰ ਆਪਾਂ ਚੱਸ ਕੇ ਦੇਖੋ ਮੇਰੇ ਤੁਸੀਂ ਸਤਿਕਾਰ ਯੋਗ ਆ ਮੀਡੀਆ ਜਿਹੜਾ ਆ ਪਰ ਆਪਾਂ ਆਏ ਤਾਂ ਇੱਥੇ ਹੈਗੇ ਇਹਨਾਂ ਦੀ ਖਬਰ ਲੈਣ ਤੇ ਆਪਾਂ ਗੱਲ ਜਾ ਕੇ ਹੋਰ ਪਾਸੇ ਵੀ ਉਹੀ ਗੱਲ ਕੀਤੀ ਆਪਾਂ ਕੋਈ ਅੰਮ੍ਰਿਤਪਾਲ ਜੀ ਆਏ ਸੀਗੇ ਤੇ ਉਹਨਾਂ ਨੇ ਇਹ ਜਦੋਂ ਗੱਲ ਕੀਤੀ ਚਲੋ ਆਪਣੇ ਤੌਰ ਤੇ ਕਾਨੂੰਨਾਂ ਦੀ ਵੱਖਰੀ ਆਪਦੀ ਆ ਉਹ ਤਾਂ ਉਹਨਾਂ ਨੂੰ ਤੁਸੀਂ ਕਰ ਲਓ ਸਵਾਲ ਤੁਹਾਨੂੰ ਲੱਗਦਾ ਨਹੀਂ ਕੱਲ ਸੁਖਬੀਰ ਬਾਦਲ ਆਏ ਨੇ ਤੇ ਉਹ ਕਹਿ ਕੇ ਕਿ ਹੁਣ ਐਸਜੀਪੀਸੀ ਜਿਹੜੀ ਇੱਥੇ ਆਏਗੀ ਤੇ ਉਸ ਦੇ ਬਾਅਦ ਨਹੀਂ ਐਸਜੀਪੀਸੀ ਤਾਂ ਅਸੀਂ ਐਸਜੀਪੀਸੀ ਤਾਂ ਹੁਣ ਅਸੀਂ ਆਏ ਆ ਮੈਂ ਪਰਦੌਰ ਪ੍ਰਧਾਨ ਹੀ ਆਇਆ ਮੱਲੋ ਸਾਹਿਬ ਇਸ ਤੋਂ ਪਹਿਲਾਂ ਮੰਨਣ ਸਾਹਿਬ ਆਏ ਆ ਜੀ ਪਰਦੌਰ ਪ੍ਰਧਾਨ ਹੀ ਇੱਥੇ ਆਇਆ ਖਬਰਸਾਰ ਲੈਣ ਹੀ ਆਇਆ ਮੈਂ ਪਰਸੋਂ ਆਉਣਾ ਸੀ ਪਰਸੋਂ ਮੈਂ ਆ ਨਹੀਂ ਸਕਿਆ ਕੋਈ ਜ਼ਰੂਰੀ ਜਿਵੇਂ ਮੈਨੂੰ ਪੈ ਗਿਆ ਉਹਨਾਂ ਨੂੰ ਹੁਣ ਅਸੀਂ ਕਿਹਾ ਵੀ ਜੋ ਵੀ ਰਿਕੁਆਇਰਮੈਂਟ ਹੈ ਸਾਨੂੰ ਦੱਸ ਦਿਓ ਅਸੀਂ ਪੂਰੀ ਮਦਦ ਕਰਾਂਗੇ ਨਹੀਂ ਹੁਣ ਤੱਕ ਤੁਹਾਡੇ ਵੱਲੋਂ ਕੀ ਮਦਦ ਕੀਤੀ ਗਈ ਹੈ ਅਸੀਂ ਤਾਂ ਹੁਣ ਉਹਨਾਂ ਨੂੰ ਆਇਆ ਹੀ ਮੈਂ ਹੁਣ ਆ ਚਲੋ ਸਰਕਾਰ ਜੇ ਕਹਿੰਦੀ ਸਰਕਾਰ ਕੁਝ ਕਰਕੇ ਵੀ ਦਿਖਾ ਲੈ ਦੇਖੋ ਇਹ ਇਨਵੋਲਵ ਪਾਰਟੀ ਇਹ ਆ ਕਿਉਂਕਿ ਵਿਚਾਰੇ ਵਰਸਲੀ ਅਫੈਕਟਡ ਆ ਇਹ ਤਾਂ ਤੁਸੀਂ ਇਹਨਾਂ ਨਾਲ ਬੈਠ ਕੇ ਗੱਲ ਕਰੋ ਨਾ ਆਏ ਤਾਂ ਇੱਥੇ ਹੈਗੇ ਇਹਨਾਂ ਦੀ ਖਬਰ ਲੈਣ ਤੇ ਆਪਾਂ ਗੱਲ ਜਾ ਕੇ ਹੋਰ ਪਾਸੇ ਵੀ ਉਹੀ ਗੱਲ ਕੀਤੀ ਆਪਾਂ ਕੋਈ ਅੰਮ੍ਰਿਤਪਾਲ ਜੀ ਆਏ ਸੀਗੇ ਤੇ ਉਹਨਾਂ ਨੇ ਇਹ ਜਦੋਂ ਗੱਲ ਕੀਤੀ ਚਲੋ ਆਪਣੇ ਤੌਰ ਤੇ ਕਾਨੂੰਨਾਂ ਦੀ ਵੱਖਰੀ ਆਪਦੀ ਆ ਉਹ ਤਾਂ ਉਹਨਾਂ ਨੂੰ ਤੁਸੀਂ ਕਰ ਲਓ ਸਵਾਲ 120 ਫੁੱਟ ਦੀ 120 ਫੁੱਟ ਰੋਡ ਇਹ ਹੈਗੀ ਹੈ ਇਧਰ ਕੋਈ ਮਤਲਬ ਨਹੀਂ ਹੈਗਾ ਉਹਨਾਂ ਨੇ ਇਹਦੇ ਪਲੌਟ ਕੱਟ ਕੇ ਨਾ ਤੇ ਇੱਕ ਵੇਚ ਕੇ ਇੱਕ ਬੰਦੇ ਨੂੰ ਖੜਾ ਕਰਤਾ ਇਹਨਾਂ ਨੇ ਮਾਫੀਆ ਦੇ ਆਪਣੇ ਬੰਦੇ ਦੇ ਨਾਲੇ ਜੀ ਜਦੋਂ ਦੀ ਇਹ ਉਹਦੇ ਤੇ ਕਾਰਪੋਰੇਸ਼ਨ ਹੈ ਹੀ ਨਹੀਂ ਸੀ ਜਲੇ ਅਸੀਂ ਅਨਸੈਸਰੀ ਇੰਟਰਫੇਅਰ ਕਰਾਂਗੇ ਫਿਰ ਹੋਰ ਉਹਨੂੰ ਸ਼ੇਪ ਬਣੂਗੀ ਹਾਂਜੀ ਆਪਾਂ ਉਹ ਹੱਲ ਬਣਾਈਏ ਜਿਹਦੇ ਨਾਲ ਲਾਠੀ ਵੀ ਨਾ ਟੁੱਟੇ ਤਾਂ ਸੱਪ ਵੀ ਮਰ ਜਾਏ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਜਲੰਧਰ ਦੇ ਲਤੀਫਪੁਰਾ ਵਿਖੇ ਪੀੜਤਾਂ ਦਾ ਹਾਲ ਚਾਲ ਜਾਣਨ ਲਈ ਪਹੁੰਚੇ ਇਸ ਦੌਰਾਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਇੱਥੇ ਆਉਣਾ ਚਾਹੁੰਦੇ ਸੀ ਪਰ ਆਉਣ ਵਿੱਚ ਦੇਰੀ ਜ਼ਰੂਰ ਹੋਈ ਹੈ ਪਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੂੰ ਇੱਥੇ ਭੇਜਿਆ ਗਿਆ ਸੀ ਹਾਲਾਂਕਿ ਜਦੋਂ ਉਹਨਾਂ ਨੂੰ ਮਦਦ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਜਦੋਂ ਲੋਕ ਕਹਿਣਗੇ ਤਾਂ ਹੀ ਉਹ ਮਦਦ ਕਰ ਸਕਣਗੇ ਅੱਗੇ ਗੱਲਬਾਤ ਕਰਦੇ ਹਾਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਆਪਾਂ ਮੇਰੀ ਗੱਲ ਸੁਣੋ ਜਿੱਥੇ ਮੁੱਦੇ ਤੇ ਖੜੇ ਕਰੀਏ ਆਪਾਂ ਗੱਲ ਨੂੰ ਆਪਾਂ ਚੱਸ ਕੇ ਦੇਖੋ ਮੇਰੇ ਤੁਸੀਂ ਸਤਿਕਾਰ ਯੋਗ ਆ ਮੀਡੀਆ ਜਿਹੜਾ ਆ ਪਰ ਆਪਾਂ ਆਏ ਤਾਂ ਇੱਥੇ ਹੈਗੇ ਇਹਨਾਂ ਦੀ ਖਬਰ ਲੈਣ ਤੇ ਆਪਾਂ ਗੱਲ ਜਾ ਕੇ ਹੋਰ ਪਾਸੇ ਵੀ ਉਹੀ ਗੱਲ ਕੀਤੀ ਆਪਾਂ ਕੋਈ ਅੰਮ੍ਰਿਤਪਾਲ ਜੀ ਆਏ ਸੀਗੇ ਤੇ ਉਹਨਾਂ ਨੇ ਇਹ ਜਦੋਂ ਗੱਲ ਕੀਤੀ ਚਲੋ ਆਪਣੇ ਤੌਰ ਤੇ ਕਾਨੂੰਨਾਂ ਦੀ ਵੱਖਰੀ ਆਪਦੀ ਆ ਉਹ ਤਾਂ ਉਹਨਾਂ ਨੂੰ ਤੁਸੀਂ ਕਰ ਲਓ ਸਵਾਲ ਤੁਹਾਨੂੰ ਲੱਗਦਾ ਨਹੀਂ ਕੱਲ ਸੁਖਬੀਰ ਬਾਦਲ ਆਏ ਨੇ ਤੇ ਉਹ ਕਹਿ ਕੇ ਕਿ ਹੁਣ ਐਸਜੀਪੀਸੀ ਜਿਹੜੀ ਇੱਥੇ ਆਏਗੀ ਤੇ ਉਸ ਦੇ ਬਾਅਦ ਨਹੀਂ ਐਸਜੀਪੀਸੀ ਤਾਂ ਅਸੀਂ ਐਸਜੀਪੀਸੀ ਤਾਂ ਹੁਣ ਅਸੀਂ ਆਏ ਆ ਮੈਂ ਪਰਦੌਰ ਪ੍ਰਧਾਨ ਹੀ ਆਇਆ ਮੱਲੋ ਸਾਹਿਬ ਇਸ ਤੋਂ ਪਹਿਲਾਂ ਮੰਨਣ ਸਾਹਿਬ ਆਏ ਆ ਜੀ ਪਰਦੌਰ ਪ੍ਰਧਾਨ ਹੀ ਇੱਥੇ ਆਇਆ ਖਬਰਸਾਰ ਲੈਣ ਹੀ ਆਇਆ ਮੈਂ ਪਰਸੋਂ ਆਉਣਾ ਸੀ ਪਰਸੋਂ ਮੈਂ ਆ ਨਹੀਂ ਸਕਿਆ ਕੋਈ ਜ਼ਰੂਰੀ ਜੇ ਮੈਨੂੰ ਪੈ ਗਿਆ ਉਹਨਾਂ ਨੂੰ ਹੁਣ ਅਸੀਂ ਕਿਹਾ ਵੀ ਜੋ ਵੀ ਰਿਕੁਆਇਰਮੈਂਟ ਹੈ ਸਾਨੂੰ ਦੱਸ ਦਿਓ ਅਸੀਂ ਪੂਰੀ ਮਦਦ ਕਰਾਂਗੇ ਨਹੀਂ ਹੁਣ ਤੱਕ ਤੁਹਾਡੇ ਵੱਲੋਂ ਕੀ ਮਦਦ ਕੀਤੀ ਗਈ ਅਸੀਂ ਤਾਂ ਹੁਣ ਉਹਨਾਂ ਨੂੰ ਆਇਆ ਹੀ ਮੈਂ ਹੁਣ ਆ
ਜਲੰਧਰ ਤੋਂ ਨਰਿੰਦਰ ਗੁਪਤਾ ਦੀ ਖਾਸ ਰਿਪੋਰਟ।